ਕਿਸਾਨ ਵੀਰੋ, ਤੁਹਾਡਾ ਆਪਣੇ ਯੂਟਿਊਬ ਚੈਨਲ ਢਿੱਲੋ ਡੇਅਰੀ ਫਾਰਮ ਬਰਨਾਲਾ ਦੇ ਵਿੱਚ। ਸੋ ਜਿਹੜੇ ਕਿਸਾਨ ਵੀਰ ਆਪਣੇ ਇਸ ਚੈਨਲ 'ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ, ਉਹਨਾਂ ਨੂੰ ਰਿਕੁਐਸਟ ਆ ਗਈ ਆਪਣੇ ਯੂਟਿਊਬ ਚੈਨਲ ਜੋ ਸਬਸਕ੍ਰਾਈਬ ਕਰ ਲਿਓ। ਸੋ ਕਿਸੇ ਵੀ ਵੀਰ ਨੇ ਇੱਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਮੋਬਾਈਲ ਨੰਬਰ ਆ 84270719817। ਸੋ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਤਿੰਨ ਬੜਾ ਤਾਜ਼ਾ ਸੂਜਿਆਂ ਦਿਖਾਵਾਂਗੇ, ਇਹ ਸੇਲ ਆ, ਬੱਚਿਆਂ ਸਮੇਤ ਆ। ਡਿਟੇਲ ਵੀਰ ਤੋਂ ਪੁੱਛਦੇ ਹੋ, ਅੱਗੇ ਕਰੀਏ ਗੱਲਬਾਤ। ਸਤਿ ਸ਼੍ਰੀ ਅਕਾਲ ਬਾਈ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਵੀਰੇ, ਨਾਮ ਐਡਰੈਸ ਦੱਸਿਓ ਆਪਣਾ। ਨਾਮ ਜੱਗੀ ਹੈ ਜੀ, ਪਿੰਡ ਕੋਠੇ ਗੁਰੂ ਰਾਮਦਾਸ ਨਗਰ ਸੇਖਾ ਰੋਡ ਬਰਨਾਲਾ ਜੀ। ਅਤੇ ਮੋਬਾਈਲ ਨੰਬਰ ਆਪਣੇ 9853569107 ਜੀ। 9853569107, ਜਿਹੜਾ ਆਪਣਾ ਰੰਗੀਆਂ ਜਾਂਦਾ ਧੂਰੀ ਰੋਡ ਜਾਂਦਾ ਸੇਖੇ ਨਾਲ। ਰੰਗੀਆਂ ਧੂਰੀ ਵਾਲੇ ਰੋਡ ਤੇ ਜਦੋਂ ਬਰਨਾਲੇ ਕੰਨੀ ਆਈ ਹੈ 10 ਕਿਲੋਮੀਟਰ ਤੇ ਆ ਕੇ ਪਹਿਲੇ ਕੋਠੇ ਆਪਣੀ ਹੈ ਜੀ, ਗਊਸ਼ਾਲਾ ਦੇ ਸਾਹਮਣੇ। ਠੀਕ ਹੈ। ਅਤੇ ਜਿਹੜੇ ਆਪਾਂ ਪਹਿਲੇ ਨੰਬਰ 'ਤੇ ਮੱਛੀ ਦੇਖੀ ਜਾਂਦੇ, ਕਿਹੜਾ ਸੂਆ ਸੂਈ ਹੈ? ਗਰਲੈਂਡੋ 'ਚ ਆ ਗਈ ਜਿਹੜੀ ਇੱਧਰਲੀ, ਇਹ ਆ ਗਰਲੈਂਡੋ 'ਚ ਪਹਿਲਾਂ ਨਾ ਜੀ, ਬਿਲਕੁਲ ਠੀਕ ਹੈ। ਠੀਕ ਹੈ, ਨਾੜੂਆ ਕੱਚਾ ਨਾਲ ਹਨਾ, ਰਾਤ ਦੀ ਸੂਈ ਆ ਜੀ, ਰਾਤ 2 ਵਜੇ ਦੀ ਸੂਈ ਹੋਈ ਆ। ਠੀਕ ਹੈ। ਤੇ ਜੇ ਰੋਕੇ ਐਨ ਜੇਰ ਜੱਪੇ ਦੀ ਓਕੇ ਜੀ, ਜਿਹੜੀ ਚੀਜ਼ ਆਪਾਂ ਕਵਾਂਗੇ ਫੁੱਲ ਗਰੰਟੀ ਹੋਊਗੀ ਆਪਣੀ। ਮੂੰਹੋਂ ਦੋ ਦੰਦ? ਦੋ ਦੰਦ ਪਿਓਰ ਜੀ, ਬਿਲਕੁਲ। ਕਿੰਨਾ ਕੁ ਦੁੱਧ ਪਾ ਸਕਦੀ ਆ ਇਹ? ਤੜਕੇ ਆਪਾਂ 5.5 ਕਿਲੋ ਬੋਲਾ ਖਾਲੀ ਕਰਿਆ ਜੀ ਇਹਦਾ। ਠੀਕ ਹੈ, ਰੈਲੀ ਜੀ ਕਰ ਲਈ ਕਰ। ਹਾਂ ਰੈਲੀ ਜੀ ਕਰਤੀ ਸੀਗੀ ਜੀ, ਬੈਠਿਆ ਨਹੀਂ ਸੀ ਜਾਂਦਾ ਬੱਚੀ ਤੋਂ। ਠੀਕ ਹੈ। ਐ ਮੰਨੋ ਜੀ 20 ਕਿਲੋ ਤੋਂ ਮੰਨ ਕੇ ਲੈ ਲੈ ਬੰਦਾ। 20 ਕਿਲੋ ਤੇ ਪਾਓ ਵੀ ਮੇਰੇ ਹਿਸਾਬ ਨਾਲ ਫੈਟ ਵਾਲਾ ਹਨਾ। ਫੈਟ ਵਾਲਾ ਜੀ, ਪੂਰਾ ਕੁਆਲਿਟੀ ਬਹੁਤ ਆ ਬੱਚੀ। ਧਾਰਾ ਤੂਰਾ ਓਕੇ ਆ? ਐਨ ਸੋਹਣੇ ਵਰਗੀ ਆ ਜੀ। ਠੀਕ ਹੈ, ਧਾਰਾ ਮਾਰ ਸਕਦੇ ਆਪਾਂ? ਹਾਂ ਜੀ ਹਾਂ, ਪਹਿਲਾਂ ਧਾਰਾ ਮਾਰ ਦੇਣਾ ਮਗਰ ਤੂੰ। ਸੋ ਧਾਰਾ ਮਾਰ ਕੇ ਦਿਖਾਉਂਦੇ ਪਹਿਲਾਂ ਤੁਹਾਨੂੰ, ਤੇ ਠੰਡੀ ਸੀਲ ਵਾਧੂ ਆ ਹਨਾ। ਮੈਂ ਕਿਹਾ ਜੀ ਬਰਫ ਵਰਗੀ ਬੱਚੀ, ਤੇ ਜਿਵੇਂ ਮਰਜ਼ੀ ਬਹਿ ਜੀ। ਸੋ ਵੀਰੋ, ਧਾਰਾ ਦੇਖੋ ਪੂਰੀਆਂ ਸਾਫ ਸੁਥਰੀਆਂ ਧਾਰਾ ਦੇਖ ਸਕਦੇ ਹੋ। ਚੂਈ ਇਹਦੀ ਬਣਨੀ ਆ ਜੀ, ਤੁਸੀਂ ਐ ਮੰਨ ਲਓ ਵੀ ਬਹੁਤ ਸੋਹਣੇ ਵਰਗੀ ਬੱਚੀ ਆ, ਕੋਈ ਆਪਾਂ ਨਿਆਣਾ ਨਹੀਂ ਲਾਇਆ। ਠੀਕ ਹੈ, ਕੁਛ ਨਹੀਂ ਲਾਇਆ। ਸੋ ਦੇਖੋ ਚੋਣ ਦੇਖੋ, ਜਿਵੇਂ ਗਰਲੇ ਵਰਗਾ ਚੋਣ ਆ ਹਨਾ। ਹਾਂ, ਐਨ ਚਵਾਈ ਪੂਰੀ ਸੋਹਣੇ ਵਰਗੀ ਆ। ਠੀਕ ਹੈ, ਚੋਣ ਚਵਾ ਦੀ ਓਕੇ ਆ। ਤੇ ਲੇਵਾ ਦੇਖੋ, ਜਿਉਂ ਜਿਉਂ ਇਹਦੇ 54 ਹੋਣੀਆਂ ਕਰਨ ਵਾਲੀ ਬੜੂ ਅੱਗੇ ਠੰਡੀ ਸੀ ਬਰਫ ਵਾਲੀ ਬਣੀ ਬੁਣੀ ਤੜਕੇ ਵੀ ਬਹੁਤ ਬਣੀ ਹੋਈ ਜੀ, ਬੈਠੇ ਵੀ ਨਹੀਂ ਸੀ ਜਾਂਦਾ ਬੱਚੀ ਤੋਂ ਜੀ। ਠੀਕ ਹੈ, ਮੰਨ ਕੇ ਚੱਲੇ ਵੀ ਜਿਵੇਂ ਹੁਣ ਗਰਮੀ ਆਏਗੀ, ਗਰਮੀ ਦੇ ਹਿਸਾਬ ਦੀ ਬੈਠ ਹਨਾ, ਤੋਹਫਾ ਹੀ ਆ ਜੀ ਇਹ ਗਰਮੀਆਂ ਦਾ। ਇਹਦੇ ਆਪਾਂ ਰੇਟ ਕੀ ਰੱਖਿਆ? ਇਹਦਾ 72,000 ਰੁਪਏ ਗੁਜਾਇਸ਼ ਹੋ ਜੂਗੀ। ਹਾਂ ਜੀ ਹਾਂ, ਇਹ ਬੰਦਾ ਮਾਨ ਤਾਨ ਕਰਕੇ ਤੋਰਾਂਗੇ ਜੀ, ਲਾਜ਼ਮੀ ਬੈਠ ਦੇ ਕੇ ਤੋਰਾਂਗੇ, ਜਿਹੜੇ ਵੀਰ ਨੇ ਫੋਨ ਲਾ ਲਿਆ। ਠੀਕ ਹੈ, ਬਸ ਰੂ ਅਗਲੇ ਦੀ ਬੈਠ ਲੈ ਜਿਹੜੀ ਹੋਵੇ, ਆਪਾਂ ਬੈਠ ਦੇ ਕੇ ਤੋਰਾਂਗੇ। ਸੁਪਰ 72,000 ਰੁਪਏ ਕੀਮਤ ਹੈ, ਇਹਦੇ ਵਿੱਚੋਂ ਗੁਜਾਇਸ਼ ਹੋ ਜੂਗੀ। ਤੇ ਗਰਲੈਂਡੋ ਚ ਆ ਗਈ ਬੱਚੀ, ਦੋ ਦੰਦ ਬੱਚਾ ਹੀ ਸੂਆ ਹਲੇ ਜਮਾ। ਤੇ ਮੂੰਹ ਮੱਥਾ ਫੇਸ ਕੁਆਲਿਟੀ ਵਗੈਰਾ ਦੇਖੋ, ਤੇ ਥਣ ਥੁਣ ਸੋਹਣਾ, ਹੱਥੀ ਚਵਾਈ ਵਾਲਾ ਸਾਫ਼ ਸੁਥਰਾ। ਤੇ ਮੂਹਰੇ ਗਰਮੀਆਂ ਚੱਲਣ ਵਾਲੀਆਂ ਚੀਜ਼ਾਂ ਹੈਗੀਆਂ, ਉਸ ਨੂੰ ਹੁਣ ਮੰਨ ਕੇ ਚੱਲਿਆ, ਫਿਰ ਆਪਾਂ ਗਰਮੀਆਂ ਹਿਸਾਬ ਦੇ ਲਿਆ ਕਰਨਾ ਹਨਾ। ਗਰਮੀਆਂ ਦੇ ਹਿਸਾਬ ਦੀ ਆਉਣਗੇ ਵੀਰੇ, ਐਵੇਂ ਥੋੜ੍ਹੀ ਜ਼ਿਆਦਾ ਪਿਓਰ ਇਹ ਦਿਨਾਂ 'ਚ ਮੂਹਰੇ ਨਹੀਂ ਲੋਟ ਆਉਂਦੀ, ਕਿਉਂਕਿ ਸਾਰੇ ਬੰਦੇ ਕੋਲ ਉਨੀ ਕੇਅਰ ਨਹੀਂ ਹੁੰਦੀ ਬਾਈ। ਠੀਕ ਹੈ, ਤੇ ਥਣ ਥੁਣ ਦੇਖੋ ਜਮਾ, ਕਿਆ ਬਾਤ ਆ, ਬਾਲੀ ਚਵਾਈ ਚਬੂਈ ਦੀ ਯਾਰ, ਬਾਲੀ ਠੰਡੀ ਹੈ। ਬਾਕੀ ਹੈ ਵੀ ਪਿੱਛੇ ਬੱਚੀ ਹਨਾ, ਹੈ ਵੀ ਬੱਚੀ ਪਿੱਛੇ। ਠੀਕ ਹੈ, ਜੇਰ ਜੂ ਰੋਕੇ ਆ। ਤੇ ਅੱਗੇ ਦੂਜੇ ਨੰਬਰ ਆਪਾਂ ਜਿਹੜੀ ਡੱਬੀ ਬੈਠ ਦੇਖੀ ਜਾਂਦੇ ਹੈਗੇ, ਇਹਦੇ ਵੀ ਰਾਤ ਹੀ ਸੂਈ ਹੈ ਜੀ, ਇਹ ਰਾਤ 10 ਵਜੇ ਸੂਈ ਹੈਗੀ। ਬੱਚਾ ਇਹਦੇ ਪਿੱਛੇ ਆ ਗਿਆ? ਇਹਦੇ ਪਿੱਛੇ ਬੱਚਾ ਜੀ। ਠੀਕ ਹੈ ਬੱਚਾ, ਤੇ ਸੂਆ ਕਿਹੜਾ ਹੋਊ ਇਹ? ਸੂਆ ਤੀਜਾ ਬਾਈ, ਪਿਓਰ ਜਮਾ, ਆਪਾਂ ਐਵੇਂ ਪਹਿਲਾ ਦੂਜਾ ਨਹੀਂ ਕਹਿੰਦੇ ਹਨਾ। ਠੀਕ ਹੈ, ਪਿਓਰ ਤੀਜਾ ਸੂਆ। ਤੇ ਥਣ ਥੁਣ ਕਿਆ ਬਾਤ ਆ, ਮੋਟਾ ਹਨਾ ਨਿਆਣਾ। ਸੁਬਰੋ ਨਿਆਣਾ ਮਾਰ ਗਣਾ ਬਾ, ਧਾਰਾ ਮਾਰ ਕੇ ਚਰ ਚਾਹੇ ਮੰਨ ਲਾ ਵੀ ਬੰਦਾ ਨਿਆਣਾ ਵੀ ਨਾ ਪਾਵੇ, ਬੱਚਾ ਛੱਡਣ ਦੀ ਵੀ ਲੋੜ ਨਹੀਂ ਇਹਨੂੰ, ਚਵਾਈ ਟਾਂਗਾ ਵਰਗੀ ਆ। ਪੂਰਾ ਮੋਟਾ ਝੋਣਾ ਜਮਾ, ਗੁੱਠੇ ਵਰਗਾ ਝੋਣਾ ਇਹਨੂੰ ਕਹਿੰਦੇ ਆ, ਗੁੱਠੇ ਵਰਗਾ ਝੋਣ, ਪੂਰਾ ਸਾਫ ਸੁਥਰਾ। ਲੰਬਾ ਦੱਸਣਾ ਜੀ, ਮਾਰ ਦਿਓ। ਸੋ ਦੇਖੋ ਪੂਰੀ ਚਵਾਈ ਹੈ ਯਾਰ, ਥਾਂ ਇਹ ਮਈਆਂ ਵਰਗਾ ਥਾਂ ਲੱਗਿਆ। ਠੀਕ ਹੈ, ਚੋਣ ਚਵਾ ਦੀ ਪੂਰੀ ਓਕੇ ਆ ਹਨਾ, ਤੋਰ ਦਿਓ ਬੜਾ ਬਾਹਰ। ਸੋ ਵੀਰੋ, ਤੋਰਾ ਵਗੈਰਾ ਦੇਖੋ ਬੈਠਦਾ ਸਾਫ਼ ਸੁਥਰਾ, ਥਣ ਥੁਣ ਬਹੁਤ ਚੰਗਾ ਇਹਦਾ ਬਾਈ। ਘੱਟੋ ਘੱਟ ਨਾ ਇਹ ਮੰਨ ਲਾ ਵੀ ਮੈਂ 8 ਕਿਲੋ ਬੋਲੀ ਇਹਦੀ ਖਾਲੀ ਕਰੀ ਹੋਈ ਆ, ਬਾਲਟੀ ਭਰੀ ਪਈ ਆ। ਠੀਕ ਹੈ ਜੀ, ਤੇ ਅੰਦਾਜ਼ਾ ਲਈਏ ਕਿੰਨੇ ਦੁੱਧ ਚੱਲੂ ਇਹ?
ਦੁੱਧ ਵੀਰੇ 25 ਕਿਲੋ ਮੰਨ ਕੇ ਲੈ ਲੇ ਬੰਦਾ, 25 ਕਿਲੋ ਦੁੱਧ ਪਾ ਦੂ ਹਣਾ। ਹਾਂ ਮਾਲਕ ਨੇ ਮੈਨੂੰ 27-28 ਕਿਲੋ ਦੀ ਗਾਰੰਟੀ ਦਿੱਤੀ ਆ, ਠੀਕ ਹੈ, ਆਪਾਂ 25 ਕਿਲੋ ਕਹਿ ਕੇ ਦੇਵਾਂਗੇ, 25 ਕਿਲੋ ਨਿਬੜੂਗਾ। ਇਹ ਨਹੀਂ ਹੋਊਗਾ ਵੀ ਆਪਾਂ 25 ਕਹਿ ਕੇ ਦੇਵਾਂਗੇ ਤਾਂ ਇਹ 15 ਦੇਊਗੀ, ਜੇਰ ਜੁਰ ਪੈਗੀ, ਜੇਰ ਜੱਪੇ ਦੀਆਂ ਸਾਰੀਆਂ ਬੜਾ ਓਕੇ ਨੇ ਜਮਾ ਬਾਈ। ਇਹਦਾ ਭਾਅ ਕੀ ਆ? ਇਹਦਾ 70,000 ਰੁਪਇਆ, ਇਹਦਾ ਭਾਅ ਹੈਗਾ 70,000 ਰੁਪਇਆ। ਦੂਜੇ ਨੰਬਰ ਤੇ ਧਾਰਾ ਮਾਰ ਕੇ ਦਿਖਾਤੀਆਂ, ਚੰਗਾ ਦੁੱਧ ਪਾ ਦੂ, ਬੱਛਾ ਵੀ ਸੇ ਮੇਲ ਕਫ ਤੇ ਨਾੜਾ ਨੂੜਾ ਦੇਖੋ ਜਮਾ ਕਿਆ ਵਾਤਾ, ਉਹ ਥੋੜੇ ਨਾੜਾ ਤੇ ਬਾਕੀ ਥਣ ਬਹੁਤ ਥੋੜਾ ਗੁੱਲੇ ਵਾਲਾ ਲੱਗਿਆ ਹੁਣ। ਚਵਾਈ ਚੂਈ ਦੀ ਬਹੁਤ ਚੰਗੀ ਆ ਯਾਰ, ਹਜੇ ਸੂਏ 'ਚ ਖੜੀਆਂ ਪੈਣਾ, ਠੀਕ ਹੈ, ਤਾਂ ਕਰਕੇ ਥੋੜੀ ਨਮੋਣ ਧਮੋਣ ਦਾ ਲੰਗਰ ਦਾ ਹਨਾ ਬੱਟਾ ਪੈ ਜਾਂਦਾ। ਤੀਜਾ ਨੰਬਰ ਆਪਾਂ ਜਰਸੀ ਦੇਖੀ ਜਾਂਦੇ ਹਾਂ, ਇਹ ਜਰਸੀ ਪਰਸੋਂ ਦੀ ਸੂਈ ਆ ਵੀਰੇ, ਬੱਚਾ ਮੇਲ ਕਫ, ਬੱਛੀ ਬੱਛੀ ਵੀਰੇ, ਬੱਛੀ ਆ ਗਈ ਪਿੱਛੇ ਦੇ ਹਨਾ, ਪਿੱਛੇ ਬੱਛੀ ਆ ਜਾਂਦੀ, ਠੀਕ ਹੈ, ਜੇਰ ਜੱਪਾ ਓਕੇ ਆ, ਜੇਰ ਜੱਪੇ ਦੀ ਜਮਾ ਓਕੇ ਆ ਬਾਈ। ਇਹ ਬੱਚਾ ਛੱਡ ਚਾਹੇ ਨਾ ਛੱਡ, ਠੀਕ ਹੈ, ਇਹਨੀਆਂ ਬਹਿੜਾਂ ਨੇ, ਠੀਕ ਹੈ, ਵੀ ਐਂ ਹੀ ਬਹਿ ਜਾ, ਮਤਲਬ ਭੋਰਾ ਵੀ ਨਹੀਂ ਕਿਸੇ ਕਿਸਮ ਦਾ। ਸੋ ਮੂੰਹ ਮੱਥਾ ਦੇਖੋ ਬਾਕੀ ਕਿਆ ਪਤਾ, ਜਰਸੀ ਪਲੀ ਵੀ ਜਿੰਦ ਜਾਣ ਵਾਲੇ ਪੂਰੀ ਹਨਾ, ਬੜਾ ਹੁੰਦੀਆਂ ਨੇ ਜਿਵੇਂ ਹਨਾ ਬਾਈ, ਵੀ ਬੱਚਾ ਛੜਾ ਕੀ ਨੇਣਾ ਪਾਉਂਦੀਆਂ, ਠੀਕ ਹੈ, ਜਿਵੇਂ ਮਰਜ਼ੀ ਚਾਹੇ ਬੱਚੀ ਨੂੰ ਬੰਦਾ ਫੀਡ ਤੇ ਲਾ ਲੇ ਹੋਰ ਲਾ ਲੇ, ਠੀਕ ਹੈ। ਧਾਰਾ ਦੇਖੋ ਕਿਆ ਪਤਾ, ਮੰਨ ਕੇ ਚਲੋ ਵੀ ਚਾਹੇ ਬੰਦਾ ਅਜੇ ਧਾਰਾ ਹੱਥ ਵੀ ਨਾ ਲਾਵੇ, ਮੈਂ ਕਿਹਾ ਬਾਈ ਫੁੱਲ ਗਾਰੰਟੀ ਹੋਊ ਆਪਣੀ ਹਰ ਇੱਕ ਚੀਜ਼ ਦੀ। ਸੋ ਦੇਖੋ ਧਾਰ ਦੇਖੋ ਜਿਵੇਂ ਲਾਠੀ ਚਾਰ ਦੇ ਕੋਲ ਚੱਲਦੀ ਆ, ਬਹੁਤ ਸੋਹਣਾ ਸਾਫ਼ ਸੁਥਰਾ ਲੇਵਾ ਤੇ ਬਾਕੀ ਦੇਖੋ ਲੇਵਾ ਲੂਵਾ ਤੋਰ ਦੇ। ਤੇ ਹੁਣ ਆਪਾਂ ਸਵੇਰ ਦਾ ਟਾਈਮ ਆ, ਵੀਡੀਓ ਕਵਰ ਕਰੀਏ ਨਾ, ਟਾਈਮ ਤਾਂ ਸਹੀ ਵੱਜ ਗਿਆ 10, ਤੇ ਜਿਹੜੇ ਬਹਿਣਾ ਗਿਆ ਵੀਡੀਓ ਕਵਰ ਕਰਨ ਤੋਂ ਪਹਿਲਾਂ ਆਪਣੇ ਬੱਚੇ ਲਾਏ ਵਾ ਸਾਰਿਆਂ ਨੂੰ, ਸਾਰਿਆਂ ਨੂੰ ਬੱਚੇ ਲਾ ਕੇ ਪਛਮਾਈਆਂ ਹੋਈਆਂ ਨੇ ਬਾਈ, ਪਛਮਾ ਕੇ ਕਈ ਵਾਰੀ ਇਹਨਾਂ ਵੀਰ ਕਹਿੰਦਾ ਛੱਡੀਆਂ ਵੀ ਹੋਰ ਆ, ਮੇਰੇ ਸਾਹਮਣੇ ਖੜਾ ਤਾਂ ਵੀਰ ਨੇ ਬੱਚੇ ਲਾਏ ਹੈਗੇ, ਕਿਉਂਕਿ ਬੱਚੇ ਲਾਏ ਪਸ਼ੂ ਦੀਆਂ ਬਾਈ ਆਪਣੀਆਂ, ਇਹ ਮੰਨ ਲਾ ਵੀ 5 ਵਜੇ ਦੀਆਂ 5:30 ਦੀਆਂ ਖਾਲੀ ਕਰੀਆਂ ਵੀ ਨੇ, ਇਹ ਨਹੀਂ ਹੈਗਾ ਵੀ ਇਹ ਬਹਿਣਾ ਮਤਲਬ ਹਾਂ ਬਾਜ਼ਾਰ ਛੱਡਿਆ, ਆਪਾਂ ਬਾਜ਼ਾਰ ਏਖੜ ਛੱਡ ਕੇ ਵੀਡੀਓ ਬਣਾ ਲਈ ਨਹੀਂ ਜਾਇਆ, ਉਹ ਚੀਜ਼ ਨਹੀਂ ਹੋਊ। ਇਹਦਾ ਭਾਅ ਕੀ ਹੈ ਫਿਰ ਜਰਸੀ ਦਾ? ਇਹਦਾ ਭਾਅ ਜਮਾਂ ਲੁੱਟ ਵਾਲਾ ਹੀ ਆ, ਠੀਕ ਹੈ ਜੀ, ਕਿੰਨਾ? ਪਹਿਲਾਂ 55,000 ਰੁਪਇਆ ਲੈ ਲਾਂਗੇ, 55,000 ਦੁੱਧ 20 ਮੰਨ ਲੈ, 20 ਕਿਲੋ ਮੰਨ ਕੇ ਲਵੇ ਖੁੱਲਾ ਜਮਾਂ ਬਾਈ। ਸੋ ਬਰੋ ਕਿਆ 18 ਕਿਲੋ ਮਾਲਕ ਨੇ ਦੱਸਿਆ ਵੀ ਪਹਿਲਾਂ ਨੇ ਦਿੱਤਾ, ਸੋ ਬਰੋ ਪਲੀ ਪਲਾਈ ਜਰਸੀ ਸੂਈ ਸਵਾਈ ਜੇ ਜੱਪਾ ਧਾਰ ਦਾ ਭਾਅ ਓਕੇ ਆ, ਤੇ ਸੀਲ ਠੰਡੀਆਂ ਨਿਆਣਾ ਪਾਉਣਾ ਪਾਓ ਨਹੀਂ ਪਾਉਣਾ ਨਾ ਪਾਓ, ਤੇ ਲੇਵਾ ਵਗੈਰਾ ਦੇਖੋ ਕਿਆ ਬਾਤ ਆ, ਪੂਰਾ ਸੋਹਣਾ ਜਾਗਦੀ ਆ ਲਾਟ ਨੰਗੂ। ਤੇ ਨੰਬਰ ਬੋਲ ਜਾ ਆਪਣਾ 98-153-107, ਮਾਲ ਆਪਣੇ ਕੋਲ ਅੰਦਰ ਹੋਰ ਵੀ ਖੜਾ, ਮਾਲ ਵੀ ਆਪਣੇ ਕੋਲ ਮੰਨੋ ਜੀ 25-26 ਗੰਜਾਂ ਖੜੀਆਂ ਨੇ ਇਸ ਟਾਈਮ, ਮਤਲਬ ਇਹ ਵੀ ਨਾ ਫਿੱਟ ਆਈ, ਮਤਲਬ ਜਿਹੜੀਆਂ ਜਮਾਂ ਤਿਆਰ ਸੁਣੀਆਂ ਵੀ ਉਹ ਨੇ, ਕਈ ਵਾਰ ਕੋਈ ਬੰਦਾ ਕੱਚੀਆਂ ਲੈਣ ਵਾਲਾ ਹੁੰਦਾ, ਠੀਕ ਹੈ, 15-15-20-20 ਦਿਨਾਂ ਦੀਆਂ ਕੱਚੀਆਂ ਖੜੀਆਂ ਅੰਦਰ ਬਹਿਣਾ, ਬਹੁਤ ਵੀ ਖੜੀਆਂ। ਸੋ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ, ਜਲਦ ਮਿਲਦੇ ਕਿਸੇ ਨੂੰ।